वेलकम बेटा टू माई चैनल सो इजी मैथ माई डियर स्टूडेंट्स अच्छा एट क्लास मैथ वर्कशीट नाइनटीन यूनिट टैस्ट फोर सॉल्व करा जी वीडियो अच्छी लगी बेटा लाइक जरूर कर देना ये बहुत ही इंपॉर्टेंट एम सी क्यू ने फोर जो एग्जाम ठीक है जी चलो बेटा आप स्टार्ट करते हैं फस्ट है बेटा ਮੇਰਾ ਕੋਈ ਸਿਖਰ ਨਹੀਂ ਹੈ ਮੇਰਾ ਕੋਈ ਸਮਤਲ ਫਲਕ ਨਹੀਂ ਹੈ ਦੱਸੋ ਮੈਂ ਕੌਣ ਹਾਂ ਆਈ ਹੈਵ ਨੋ ਵਰਟਿਸਿਸ ਆਈ ਹੈਵ ਨੋ ਫਲੈਟ ਸਫੇਸਿਸ ਹੂ ਐਮ ਆਈ ਦੇਖੋ ਬੇਟਾ ਇਹਦੇ ਵਿੱਚ ਕਿਹਦਾ ਵਰਟਿਸਿਸ ਨਹੀਂ ਹੁੰਦਾ ਗੋਲੇ ਦਾ ਸਫੀਅਰ ਦਾ ਠੀਕ ਹੈ ਇਹਦਾ ਕੋਈ ਫਲੈਟ ਸਰਫੇਸ ਵੀ ਸਰਫੇਸ ਵੀ ਨਹੀਂ ਹੁੰਦਾ ਬੇਲਨ ਦਾ ਵੀ ਹੁੰਦਾ ਆ ਕੋਣ ਸ਼ੰਕੂ ਦਾ ਵੀ ਹੁੰਦਾ ਹੈ ਆ ਸਰਕਲ ਦਾ ਵੀ ਹੁੰਦਾ ਠੀਕ ਹੈ ਸਫੀਅਰ ਦਾ ਨਹੀਂ ਹੁੰਦਾ ਬੇਟਾ ਤੇ ਇਹਦਾ ਆਨਸਰ ਕੀ ਆਊਗਾ অপਸ਼ਨ ਸੀ ਨੈਕਸਟ ਹੈ ਜੀ ਆਪਣੇ ਕੋਲ ਆਡੈਂਟੀਫਾਈ ਦਾ ਟਾਪ 뷰 ਆਫ ਦਾ 기ਵਨ ਫਿਗਰ ਟਾਪ 뷰 ਫਾਈਂਡ ਆਊਟ ਕਰਨਾ ਦੇਖ ਬੇਟਾ ਟਾਪ ਵਾਲੀ ਸਾਈਟ ਦੇਖੋਗੇ ਇੱਕ ਦੇ ਵਿੱਚ ਦੇਖੋ ਕਲਰ ਕੀਤਾ ਹੋਇਆ ਬਾਕੀ ਦੋ ਕੀ ਹੋਣਗੇ ਵਿਦਆਊਟ ਠੀਕ ਹੈ ਮੀਨਸ ਕਿਹੜੀ অপਸ਼ਨ ਆਊਗੀ ਫਰਸਟ অপਸ਼ਨ ਕਲੀਅਰ ਜੀ ਫਾਸ ਦੇ ਨਾਲ ਆ ਦੇਖੋ ਜਰਾ ਜਿਹਦੇ ਉੱਪਰ ਮਤਲਬ ਕਿ ਰੋਮਬਸ ਬਣੀ ਹੋਈ ਆ ਉਹਦੇ ਨਾਲ ਵਾਲਾ ਫੇਸ ਆ ਉਹ ਆਪਣਾ ਇੱਕ ਉੱਪਰ ਵਾਲਾ ਠੀਕ ਹੈ ਮੀਨਸ ਆਹ ਵਾਲਾ ਫੇਸ ਬਨੇਗਾ ਕਲੀਅਰ ਬੇਟਾ ਨੈਕਸਟ ਹੈ ਬੇਟਾ ਆਪਣੇ ਕੋਲ ਐਲਰ ਸੁੱਤਰ ਕੀ ਹੈ ਵਾਟ ਇਜ਼ ਐਲਰ ਫਾਰਮੂਲਾ ਤਨੂੰ ਸੌਖਾ ਤਰੀਕਾ ਦੱਸਿਆ ਸੀਗਾ ਬੇਟਾ ਮੈਨੇ 5 ਤੋਂ F I V E ਮੀਨਸ F V E 2 ਠੀਕ ਹੈ ਹੁਣ ਇਹ ਚ ਕਿਹੜੀ ਫਾਰਮ ਲਿਖੀ ਹੋਈ ਆ ਇਹ ਵਾਲੀ ਨੂੰ ਬੇਟਾ E ਨੂੰ ਲੈਫਟ ਸਾਈਡ ਤੇ ਲੈ ਆਓ ਜਿਵੇਂ F V E 2 ਸਾਈਨ ਚੇਂਜ ਹੋ ਜਾਏਗਾ ਤਾਂ ਕਿਹੜਾ ਫਾਰਮੂਲਾ ਬਣ ਗਿਆ ਜੀ অপਸ਼ਨ A ਕਲੀਅਰ ਜੀ ਨੈਕਸਟ ਆ ਬੇਟਾ ਆਪਣੇ ਕੋਲ ਦਸਵੇਂ ਕਿਹੜੇ ਇਹਦੇ ਵਿੱਚ ਬਹੁ ਫਲਕ ਨਹੀਂ ਹੈ ਨਾਟ ਅ ਪੋਲੀਹੈਡਰਨ ਪੋਲੀਹੈਡਰਨ ਵਿੱਚ ਕਿਹੜਾ ਨਹੀਂ ਹੈਗਾ ਬੇਟਾ ਦੇਖੋ ਜਿਹਦੇ ਵਿੱਚ ਕੋਈ ਕਰਵ ਵਾਲੀ ਸ਼ੇਪ ਨਾ ਹੋਵੇ ਦੇਖੋ ਇਹਦੇ ਵਿੱਚ ਹੈਗਾ ਬੇਟਾ ਕੋਨ ਦੇ ਵਿੱਚ ਦੇਖੋ ਕਰਵਿਕ ਸਰਕਲ ਬਣਿਆ ਹੋਇਆ ਨਾ نیچے ਮੀਨਸ ਇਹ ਪੋਲੀਹੈਡਰਨ ਨਹੀਂ ਹੈਗਾ ਮੀਨਸ ਪੋਲੀਹੈਡਰਨ ਮੀਨਸ ਕੱਲੇ ਲਾਈਨਸ ਤੋਂ ਬਣਿਆ ਹੋਏਗਾ ਇਹ ਵੀ ਲਾਈਨਸ ਤੋਂ ਬਣਿਆ ਹੋਇਆ ਇਹ ਵੀ ਲਾਈਨਸ ਤੋਂ ਬਣਿਆ ਹੋਇਆ ਇਹ ਵੀ ਲਾਈਨਸ ਤੋਂ ਬਣਿਆ ਹੋਇਆ ठीक है तो कि नहीं है बेटा ऑप्शन सी कौन दिस वन नैक्सट है जी अपने को दसना जी डायरम बनी हुई है ये किन्ने फलक ने फेस ने ठीक है ये फेस काउंट कर दें बेटा आपस्ट उपर वाला हो गया फस्ट सैकेंड निचले वाला हो गया ठीक है थर्ड बेटा ये वाला फेस हो गया फोर्थ आ वाला फेस हो गया फिफ्थ आ वाला हो गया बेटा सिक्सथ सैवनथ ठीक है किन्ने फेस हो गए बेटा जी सैवन क्लियर जी तो अपना आंसर ऑप्शन सी दिस वन नैक्सट है बेटा अपने को सिक्स क्वेश्चन जो एक बह फलक के पोली दे नाइन वर्टिस ने पहला आप लिख लिखते हैं एफ प्लस वी इक्वल टू ई प्लस टू एफ मीनस फलक वी मीनस वर्टिसेस शिखर ਠੀਕ ਹੈ e ਮੀਨਸ ਐਜ ਕਿਨਾਰੇ ਠੀਕ ਹੈ ਫੇਸ ਕਿੰਨੇ ਨੇ ਬੇਟਾ ਦੇਖੋ ਇਹਦੇ ਵਿੱਚ ਫੇਸ ਫਲਕ ਆਪਾਂ ਨੇ ਫਾਈਂਡ ਆਊਟ ਕਰਨੇ ਨੇ ਸਿਖਰ ਵਰਟਿਸ ਕਿੰਨੇ ਨੇ ਆਪਣੇ ਕੋਲ 9 ਐਜ ਕਿਨਾਰੇ ਕਿੰਨੇ ਨੇ ਆਪਣੇ ਕੋਲ 14 ਠੀਕ ਹੈ ਤਾਂ f v ਕਿੰਨੇ ਨੇ ਬੇਟਾ ਆਪਣੇ ਕੋਲ ਵਰਟਿਸ 9 e ਕਿੰਨੇ ਨੇ ਆਪਣੇ ਕੋਲ 14 2 ਠੀਕ ਹੈ तो एफ कि आ गया बेटा एफ प्लस नाइन फोटीन प्लस टू सिक्सटीन एफ की वैल्यू कि आ गई सिक्सटीन माइनस नाइन कि आ गया अपने को सैवन तो फेस किने आ गए बेटा सैवन फलक क्लीयर जी इट्स ऑप्शन सी नैक्सट है बेटा अपने को ठोस गिवर दसना के किन्ने शिखर ने वर्टिसिज़ किन्ने ठीक है यदि वर्टिस बन गए वन टू थ्री 4 5 ਐਂਡ 6 ਕਲੀਅਰ ਜੀ ਤਾਂ ਆਪਣਾ ਆਨਸਰ ਆਊਗਾ ਬੇਟਾ ਆਪਸ਼ਨ ਡੀ ਕਲੀਅਰ ਜੀ ਨੈਕਸਟ ਹੈ ਜੀ ਆਪਣੇ ਕੋਲ ਦਿੱਤੇ ਚਿੱਤਰ ਵਿੱਚ ਬਗੀਚੇ ਦਾ ਆਕਾਰ ਆ ਦਾ ਆਕਾਰ ਮੱਧ ਵਿੱਚ ਆਇਤਾਕਾਰ ਹੈ ਦੇਖੋ ਆਇਤਾਕਾਰ ਬਣਿਆ ਹੋਇਆ ਤੇ ਕਿਨਾਰਿਆਂ ਤੋਂ ਕਿਨੇ ਅਰਧ ਚੱਕਰ ਨੇ ਮੀਂਹ ਦਾ ਸੈਂਟਰ ਵਾਲਾ ਪੋਰਸ਼ਨ ਬੇਟਾ ਰੈਕਟੈਂਗੂਲਰ ਸਾਈਡ ਵਾਲੇ ਪੋਰਸ਼ਨ ਨੇ ਸੈਮੀ ਸਰਕੂਲਰ ਨੇ ਇਸ ਪਗੀਚੇ ਦੇ ਆਇਤਾਕਾਰ ਭਾਗ ਦੀ ਲੰਬਾਈ ਫਾਈਂਡ ਆਊਟ ਕਰਨੀ ਆ ਫਾਈਂਡ ਦਾ ਲੈਂਥ ਆਫ ਰੈਕਟੈਂਗੂਲਰ ਪਾਰਕ ਠੀਕ ਹੈ ਜੀ ਦੇਖ ਬੇਟਾ ਆਹ ਰੈਕਟੈਂਗਲ ਬਣੀ ਹੋਈ ਆ ਸਾਈਡ ਤੇ ਕਿਨੇ ਸੈਮੀ ਸਰਕਲ ਇਹਦਾ ਡਾਇਮੀਟਰ ਕਿੰਨਾ ਦੇਖੋ ਸੈਮੀ ਸਰਕਲ ਦਾ 7 ਤੇ ਬੇਟਾ ਰੇਡੀਅਸ ਕਿੰਨਾ ਆ ਜਾਏਗਾ 7/2 3.5 ਮੀਟਰ ठीक है हम देखो आ भी रेडियस है बेटा आ भी रेडियस आठ ठीक है अपने कले रैक्टेंगल की लैंथ फाइंड आउट करनी है टोटल कि ट्वेंटी तो बेटा आप भी माइनस कर देंगे ए भी माइनस कर देंगे मीज़े लैंथ कि आजूगी ट्वेंटी माइनस थ्री पॉइंट फाइव इधर माइनस हो गया जी प्लस थ्री पॉइंट फाइव आवला माइनस हो चुका ठीक है दोनों समू माइनस कर देंगे आप्वेंटी माइनस सैवन कि आ गया अपने को थर्टीन मीटर ਕਲੀਅਰ ਜੀ ਰੈਕਟੈਂਗੂਲਰ ਪਾਰਕ ਆਇਤਾ ਪਾਰਕ ਦੀ ਲੈਂਥ ਆਪਣੇ ਕੋਲ ਕਿੰਨੀ ਆ ਗਈ ਜੀ 13 ਮੀਟਰ ਨੈਕਸਟ ਹੈ ਜੀ ਇੱਕ ਵਰਗ ਦਾ ਖੇਤਰਫਲ ਤੇ ਪਰਿਮਾਪ ਦਾ ਮੂਲ ਸੰਖਿਆਤਮਕ ਤੌਰ ਤੇ ਬਰਾਬਰ ਹੈ ਵਰਗ ਦੀ ਭੁਜਾ ਦੱਸਣੀ ਆਪਾਂ ਕੀ ਹੋ ਸਕਦੀ ਆ ਮੈਜ਼ਰਮੈਂਟ ਆਫ ਏਰੀਆ ਆਫ ਸਕੁਅਰ ਐਂਡ ਇਟਸ ਪੈਰੀਮੀਟਰ ਆਰ ਨੰਮਰੀਕਲ ਇਕੁਅਲ ਫਾਈਂਡ ਦਾ ਲੈਂਥ ਆਫ ਇਟਸ ਸਾਈਡ ਠੀਕ ਹੈ ਸਾਈਡ ਦੀ ਲੈਂਥ ਕਰਨੀ ਬਟਾ ਆਪਾਂ ਨੇ ਹੁੰ ਦੇਖੋ ਨਾ ਏਰੀਆ ਆ ਉਹ ਕਿਹਦੇ ਬਰਾਬਰ ਆਪਣੇ ਕੋਲ ਪੈਰੀਮੀਟਰ ਦੀ ਏਰੀਆ ਮੀਨਸ ਖੇਤਰਫਲ ਇਹਦਾ ਫਾਰਮੂਲਾ ਕੀ ਹੁੰਦਾ ਆਪਣੇ ਕੋਲ ਸਾਈਡ ਦਾ ਸਕੁਅਰ ਤੇ ਸਾਈਡ ਨੂੰ ਪੰਜਾਬੀ ਚ ਕੀ ਲਿਖਦੇ ਆਪਾਂ ਪੂਜਾ ਦਾ ਸਕੁਅਰ ਠੀਕ ਹੈ ਤੇ ਪੈਰੀਮੀਟਰ ਦਾ ਫਾਰਮੂਲਾ ਕੀ ਹੁੰਦਾ 4 ਇੰਟੂ ਸਾਈਡ ਮੀਨਸ 4 ਇੰਟੂ ਪੂਜਾ ਹੁਣ ਦੋਨੇ ਪਾਸੇ ਇਹ ਸਾਈਡ ਦਾ ਸਕੁਅਰ ਹੈ ਇਹ ਸਾਈਡ ਹੈ ਇੱਕ ਸਾਈਡ ਬੇਟਾ ਦੋਨੇ ਪਾਸੇ ਕੈਨਸਲ ਆਊਟ ਹੋ ਗਈ ਤੇ ਇਧਰ ਆਪਣੇ ਕੋਲ ਇੱਕ ਸਾਈਡ ਬਚ ਗਈ ਕਿੰਨੇ ਇਧਰ ਕੀ ਬਚ ਗਿਆ 4 ਠੀਕ ਹੈ ਤਾਂ ਸਾਈਡ ਕਿੰਨੀ ਆ ਗਿਆ ਆਪਣੇ ਕੋਲ 4 ਯੂਨਿਟਸ ਕਲੀਅਰ ਜੀ ਤਾਂ ਆਪਣਾ ਆਨਸਰ ਕੀ ਹੋਊਗਾ ਬੇਟਾ ਬੀ ਆਪਸ਼ਨ ਥਿਸ ਵਨ ਨੈਕਸਟ ਹੈ ਜੀ ਇੱਕ ਟੈਂਕ ਅੰਦਰ 60 ਲੀਟਰ ਪ੍ਰਤੀ ਮਿੰਟ ਦੀ ਦਰ ਨਾਲ ਪਾਣੀ ਡਿੱਗ ਰਿਹਾ ਹੈ ਜੇਕਰ ਟੈਂਕ ਦਾ ਆਇਤਨ 108 99 ਮੀਟਰ ਹੈ ਤਾਂ ਪਤਾ ਕਰੋ ਕਿ ਇਸ ਟੈਂਕ ਨੂੰ ਭਰਨ ਵਿੱਚ ਕਿੰਨੇ ਘੰਟੇ ਲੱਗਣਗੇ ਦੇਖੋ ਬੇਟਾ ਵਾਟਰ ਇਸ ਪਿਓਰਿੰਗ ਇਨਟੂ ਕਿਊਬਿਡ ਰਿਜ਼ਰਵਰ ਐਟ ਦਾ ਰੇਟ ਆਫ 60 60 ਲੀਟਰ ਪਰ ਮਿੰਟ ਇਫ ਦਾ ਵੋਲਿਊਮ ਆਫ ਰਿਜ਼ਰਵਰ ਇਸ 108 ਮੀਟਰ ਕਿਊਬ ਫਾਈਂਡ ਦਾ ਨੰਬਰ ਆਫ ਹਾਰਸ ਇਟ ਵਿਲ ਟੇਕ ਟੂ ਫਾਈਂਡ ਫਿਲ ਦਾ ਰਿਜ਼ਰਵਰ ਦੇਖੋ ਬੇਟਾ ਟੋਟਲ ਜਿਹੜਾ ਵੋਲਿਊਮ ਆ ਰਿਜ਼ਰਵਰ ਦਾ ਆਇਤਨ ਆ ਉਹ 108 ਮੀਟਰ ਕਿਊਬ ਆ ਠੀਕ ਹੈ ਉਹਦੇ ਚ ਪਾਣੀ ਕਿਸ ਰੇਟ ਨਾਲ ਡਿੱਗ ਰਿਹਾ ਇੱਕ ਮਿੰਟ ਦੇ ਵਿੱਚ 60 ਲੀਟਰ ਦਿੱਗ ਰਿਹਾ ਹੁਣ ਆਪਾਂ ਇਹ ਦੇਖਾਂਗੇ ਉਹ ਕਿੰਨਾ ਪਾਣੀ ਉਹਦੇ ਵਿੱਚ ਡਿੱਗਿਆ ਠੀਕ ਹੈ ਫਿਰ ਦੋਨਾਂ ਡਿਵਾਈਡ ਕਰਕੇ ਆਪਣੇ ਕੋਲ ਟਾਈਮ ਟੇਕਨ ਨਿਕਲ ਜਾਏਗਾ ਹੁਣ ਦੇਖੋ ਇਹ ਲੀਟਰ ਪਰ ਮਿੰਟ ਆ ਵਾਟਰ ਇਜ਼ ਪਿਉਰਿੰਗ ਇਨਟੂ ਦ ਕਯੂਬਿਡਰ ਰਿਜ਼ਰਵਰ ਕਿੰਨੇ ਰੇਟ ਚ 60 ਲੀਟਰ ਪਰ ਮਿੰਟ ਠੀਕ ਹੈ ਇੱਕ ਟੈਂਕ ਅੰਦਰ ਪਾਣੀ ਡਿੱਗ ਰਿਹਾ ਹੈ 60 ਲੀਟਰ ਪਰ ਮਿੰਟ ਜਿਹਨੂੰ ਆਪਾਂ ਲਿਖ ਦਾਂਗੇ 60 ਲੀਟਰ ਪਰ ਮਿੰਟ ਹੁਣ ਬੇਟਾ ਜਿਹੜਾ volume ਆ ਉਹ ਮੀਟਰ ਕਯੂਬ ਦੇ ਵਿੱਚ ਆ 1 ਲੀਟਰ ਦੇ ਵਿੱਚ ਕਿੰਨੇ ਮੀਟਰ ਕਯੂਬ ਹੁੰਦੇ ਨੇ 1/1000 ਮੀਟਰ ਕਯੂ ਤੇ 1 ਹੌਰ ਦੇ ਵਿੱਚ ਕਿੰਨੇ ਮਿੰਟ ਹੁੰਦੇ ਨੇ 60 ਮਿੰਟ ਠੀਕ ਹੈ ਤਾਂ ਬੇਟਾ 1 ਮਿੰਟ ਦੇ ਵਿੱਚ ਕਿੰਨੇ ਹੌਰਸ ਹੋਗੇ ਕਿੰਨੇ ਘੰਟੇ ਹੋਗੇ 1/60 ਹੌਰਸ ਠੀਕ ਹੈ ਹੁਣ ਬੇਟਾ ਨੂੰ ਕਨਵਰਟ ਕਰੋ 60 ਲੀਟਰ ਦੇ ਮੀਟਰ ਕਯੂਬ ਬਣ ਜਾਣਗੇ 1000 ਨਾਲ ਡਿਵਾਈਡ ਕਰਕੇ मिनट के घंटे बनाओ किन्ने वन बाय सिक्सटी मीनस मिनट नीचे है ना वन बाई सिक्सटी सिक्सटी उपर चला जाएगा ये बन गए हॉर्स जीरो नॉ जीरो कैंसिल बेटा सिक्स इंटू सिक्स थर्टी सिक्स बाय टैन मीटर क्यूब पर हॉर बन गए हूँ अपने की कड़ना है नंबर ऑफ हॉर्स मतलब कि किन्ने घंटे लगे ठीक है जोड़ा टोटल वॉल्यूम रिजर्वर सी कि अपने को वन हंड्रेड एट मीटर क्यूब 에노 डिवाइड ਕਰ ਦੋ ਜਿੰਨਾ ਪਾਣੀ ਉੱਚ ਡਿੱਗਿਆ ਆ ਮੈਂ 36/10 /10 ਮੀਨਸ ਬਟਾ 10 ਉਲਟ ਕੇ ਉੱਪਰ ਚਲਾ ਜਾਏਗਾ ਠੀਕ ਹੈ ਮੀਟਰ ਕਯੂ ਇਥੇ ਸੀ ਪਰ ਹੋਰ ਮੀਟਰ ਕਯੂ ਦਾ ਮੀਟਰ ਕਯੂ ਕੈਨਸਲ ਆਊਟ ਹੋ ਗਿਆ 36 ਦੇ ਟੇਬਲ ਤੇ 3 ਦੇ ਕੈਨਸਲ ਆਊਟ ਹੋ ਗਿਆ ਮੀਨਸ 3 10 ਕਿੰਨਾ ਆ ਗਿਆ ਆਪਣੇ ਕੋ 30 ਹਾਅਸ ਕਲੀਅਰ ਜੀ ਬਸ ਯੂਨਟ ਸਹੀ ਕਰ ਲੋ ਦੋਨਾਂ ਨੂੰ ਡਿਵਾਈਡ ਕਰਕੇ ਤੁਹਾਡਾ ਆਨਸਰ ਆ ਜੀਗਾ ਤਾਂ ਆਪਣਾ ਕੁਲ ਆਨਸਰ ਕਿੰਨਾ ਆਜ ਬੇਟਾ 30 ਮਿੰਟ ਸੌਰੀ 30 ਘੰਟੇ ਹੌਰਸ ਨੈਕਸਟ ਹੈ ਬੇਟਾ ਸੰਪੂਜੀ ਤ੍ਰਿਪੂਜਾ ਕੋਈ ਉਹਦੀ ਪੂਜਾ 4 ਸੈਂਟੀਮੀਟਰ ਆ ਉਹਦਾ ਖੇਤਰਫਲ ਫਾਈਂਡ ਆਊਟ ਕਰਨਾ ਹੈ ਵਾਟ ਵਿਲ ਬੀ ਦਾ ਏਰੀਆ ਆਫ ਇਕੂਲੇਟਰ ਟ੍ਰਾਇੰਗਲ ਹੂਸ ਸਾਈਡ ਇਸ 4 ਸੈਂਟੀਮੀਟਰ ਬੇਟਾ ਏਰੀਆ ਆਫ ਇਕੂਲੇਟਰ ਟ੍ਰਾਇੰਗਲ ਇਕੂਲੇਟਰ ਟ੍ਰਾਇੰਗਲ ਮੀ ਜਿਹਦੇ ਸਾਰੇ ਸਾਈਡਸ ਕੀ ਹੁੰਦੀਆਂ ਨੇ ਇਕੁਅਲ ਠੀਕ ਹੈ की फार्मला आम्ता स्केर रूट ऑफ थ्री बाय फोर इन टू ए का स्केर ए की अपने को साइड पुजा ठीक है द स्केयर रूट ऑफ थ्री बाय फोर साइड पुजा कि बना बेटा अपने को फोर फोर दकेयर आ मीनस फोर इन टू फोर एक कैंसल आउट हो गया जी कि आ गया फोर स्केर रूट ऑफ थ्री ठीक है तो कि ऑप्शन आऊंगा बेटा ए ऑप्शन क्लीयर जी नैक्सट है जी अपने को ਵਰਗ ਦਾ ਖੇਤਰਫਲ ਜਿਹੜਾ ਚੱਕਰ ਦੇ ਖੇਤਰਫਲ ਦੇ ਬਰਾਬਰ ਆ ਵਰਗ ਦੀ ਭੁਜਾ ਤੇ ਚੱਕਰ ਦੇ ਅਰਧ ਵਿਆਸ ਦਾ ਅਨੁਪਾਤ ਆਪਾਂ ਨੇ ਫਾਈਂਡ ਆਊਟ ਕਰਨਾ ਆ ਠੀਕ ਹੈ ਰੇਸ਼ਿਓ ਫਾਈਂਡ ਆਊਟ ਕਰਨੀ ਆ ਕਿ ਦੀ ਆਪਨ 기ਵਨ ਆ ਇਫ ਦਾ ਏਰੀਆ ਆਫ ਸਕੁਅਰ ਠੀਕ ਹੈ ਏਰੀਆ ਆਫ ਸਕੁਅਰ ਆ ਜਿਹੜਾ ਇਜ਼ ਸੇਮ ਇੰਗਲਿਸ਼ ਮੀਡੀਅੰਟ ਬੇਟਾ ਗਲਤ ਲਿਖਿਆ ਹੋਇਆ ਆ ਇੱਥੇ ਏਰੀਆ ਆਫ ਕੀ ਆਊਗਾ ਸਰਕਲ ਦੀ ਏਰੀਆ ਆਫ ਸਕੁਅਰ ਨੂੰ ਮੈਂ ਕੈਪੀਟਲ A1 ਲਿਖ ਲੈਣੀ ਆ ਏਰੀਆ ਆਫ ਸਰਕਲ ਚੱਕਰ ਉਹਨੂੰ ਮੈਂ A2 ਨਾਲ ਲਿਖ ਲੈਣੀ ਹੈ ਠੀਕ ਹੈ ਇਹ ਆਪਣੇ ਕੋਲ A1 ਨਹੀਂ ਰਹੀਆਂ ਇਹਨੂੰ ਆਪਾਂ ਲਿਖ ਲਿਆ A2 ਠੀਕ ਹੈ ਖੇਤਰਫਲ ਨੂੰ ਤਾਂ ਬੇਟਾ ਪੂਜਾ ਸਾਈਡ ਤੇ ਅਰਧ ਵਿਆਸ ਦੇ ਵਿਚਕਾਰ ਅਨੁਪਾਤ ਕੱਢਣਾ ਰੇਸ਼ੋ ਕੱਢਣੀ ਹੈ ਦੇਖੋ ਆਪਾਂ ਇਹਦੀ ਸਾਈਡ ਕਿੰਨੀ ਲੈਣੇ ਆ ਵਰਗ ਦੀ ਸਾਈਡ ਮੈਨੇ ਬੇਟਾ A ਲੈ ਲਈ ਪੂਜਾ A ਲੈ ਲਈ ਜਿਹੜਾ ਸਰਕਲ ਆ ਉਹਦਾ ਰੇਡੀਅਸ ਕਿੰਨਾ ਲੈ ਲਿਆ ਆਪਾਂ ਨੇ R ਠੀਕ ਹੈ ਹੁਣ ਦੇਖੋ ایریا ਆਫ ਸਕੁਅਰ ਵਰਗ ਦਾ ਖੇਤਰਫਲ ਕੀ ਫਾਰਮੂਲਾ ਹੁੰਦਾ ਆਪਣੇ ਕੋਲ ਸਾਈਡ ਦਾ ਸਕੁਅਰ ਠੀਕ ਹੈ ਤੇ ایریا ਆਫ ਸਰਕ ਚੱਕਰ ਦੇ ਖੇਤਰਫਲ ਦਾ ਫਾਰਮੂਲਾ ਕੀ ਹੁੰਦਾ ਜੀ ਪਾਈ r ਸਕੁਅਰ ਹੁਣ ਆਪਾਂ ਨੇ ਇਹਨਾਂ ਦੋਨੋਂ ਦੀ ਰੇਸ਼ਿਓ ਫਾਈਂਡ ਆਊਟ ਕਰਨੀ ਆ ਮੀਨਸ a ਸਕੁਅਰ r ਸਕੁਅਰ r ਸਕੁਅਰ ਨੂੰ ਤੇ نیچے ਲਿਆਓ ਇੱਧਰ ਕਿੰਨਾ ਬਚ ਗਿਆ ਜਿੱਕੱਲਾ ਪਾਈ ਠੀਕ ਹੈ ਤਾਂ a r ਦਾ ਹੋਲ ਸਕੁਅਰ π ਇਹਦਾ ਮਤਲਬ ਬੇਟਾ a/r ਜਿਹੜਾ ਸਕੁਅਰ ਆ ਉਹ ਰਾਈਟ ਸਾਈਡ ਤੇ ਜਾ ਕੇ ਕੀ ਬਣ ਜਾਊਗਾ ਸਕੁਅਰ ਰੂਟ ਨੀਚੇ ਆਪਾਂ 1 ਪਾ ਲਾਂਗੇ ਤਾਂ ਰੇਸ਼ਿਓ ਕਿੰਨੀ ਆ ਗਈ ਸਕੁਅਰਟ ਆ ਪਾਈ ਰੇਸ਼ਿਓ 1 ਠੀਕ ਹੈ ਜੀ ਤੇ ਕਿਹੜੀ ਆਪਸ਼ਨ ਆ ਗਈ ਬੇਟਾ a ਜੀ ਆਪਸ਼ਨ ਕਲੀਅਰ ਜੀ ਇਟਸ ਅਨਸਰ a ਨੈਕਸਟ ਬੇਟਾ ਆਪਣੇ ਕੋਲ ਕਿਸੇ ਚੱਕਰ ਦੇ ਪਰਿਮਾਪ ਅਤੇ ਵਿਆਸ ਦਾ ਅਨੁਪਾਤ ਕੀ ਹੋਵੇਗਾ ਹੁਣ ਦੇਖੋ ਚੱਕਰ ਦਾ ਪਰਿਮਾਪ ਮੀਨਸ ਪੈਰੀਮੀਟਰ ਆਫ ਸਰਕਲ ਤੇ ਵਿਆਸ ਤੇ ਡਾਇਮੀਟਰ ਦਾ ਪੈਰੀਮੀਟਰ ਨੂੰ ਪੀ ਨਾਲ ਲਿਖ ਲੈਣੇ ਚਲੋ ਆਪਾਂ ਪ੍ਰਿਮਾਪ ਨੂੰ ਵਿਆਸ ਨੂੰ ਆਪਾਂ ਡੀ ਨਾਲ ਲਿਖ ਲੈਣੇ ਆ ਦੋਨੋਂ ਕੀ ਦੇ ਨੇ ਜੀ ਸਰਕਲ ਦੇ ਚੱਕਰ ਤੇ ਠੀਕ ਹੈ ਤੇ ਪੈਰੀਮੀਟਰ ਦਾ ਫਾਰਮੂਲਾ ਕੀ ਹੁੰਦਾ 2 ਪਾਈ ਆਰ ਜੇ ਆਪਣੇ ਕੋਲ ਆਰ ਰੇਡੀਅਸ ਆ ਡਾਇਮੀਟਰ ਦਾ ਫਾਰਮੂਲਾ ਕੀ ਹੁੰਦਾ 2 ਇੰਟੂ ਆਰ ਰੇਡੀਅਸ ਦਾ ਡਬਲ ਹੁੰਦਾ ਜੀ 2 ਨਾਲ 2 ਕੈਨਸਲ ਆਰ ਨਾਲ ਆਰ ਕੈਨਸਲ ਕਿੰਨਾ ਆ ਗਿਆ ਆਪਣੇ ਕੋਲ ਪਾਈ ਬਾਏ 1 ਠੀਕ ਹੈ ਜਬ ਸਿੱਧੀ ਵੈਸੇ ਵੈਲਿਊ ਕੱਢਣੀ ਆ ਰੇਸ਼ੋ ਕੱਢਣੀ ਤਾਂ ਕਿੰਨੀ ਆ ਗਈ ਪਾਈ ਰੇਸ਼ੋ 1 ਵੀ ਲਿਖ ਸਕਦਾ ਸੀ ਤੇ ਦਾ ਅਨਸਰ ਪਾਈ ਵੀ ਹੋ ਸਕਦਾ ਹੈ ਠੀਕ ਹੈ ਤਾਂ ਉਹ ਬੇਟਾ ਆਪਸ਼ਨ ਇਹਦੀ ਏ ਕਲੀਅਰ ਜੀ ਨੈਕਸਟ ਹੈ ਜੀ ਆਪਣੇ ਕੋਲ ਦੋ ਰਾਸ਼ੀਆਂ ਨੇ a ਤੇ b ਉਲਟ ਸਮਾਨ ਅਨੁਪਾਤ ਵਿੱਚ ਹੋਣ ਤਾਂ x ਦਾ ਮੁੱਲ ਹੋਵੇਗਾ ਇਫ ਟੂ ਕਵਾਂਟਿਟੀਜ਼ a ਐਂਡ b ਆਰ ਇਨ ਇਨਵਰਸ ਪ੍ਰੋਪੋਰਸ਼ਨ ਫਾਈਂਡ ਦਾ ਵੈਲਿਊ ਆਫ x ਇਨਵਰਸ ਪ੍ਰੋਪੋਰਸ਼ਨ ਦਾ ਫਾਰਮੂਲਾ ਕੀ ਹੁੰਦਾ ਬੇਟਾ ਆਪਣੇ ਕੋਲ x1 y1 इज इक्वल टू एक्स टू इन टू वाई टू एक्स वन कि देखो अपने को थ्री वाई वन कि बेटा अपने कोस टू कि अपने को वन पॉइंट फाइव वाई टू कि अपने कोल जी एक्स तो बेटा देखो एक्स की वैल्यू कि आजुगी थ्री इंटू टू वन पॉइंट फाइव डिवाइड बन गया थ्री इन टू टू नीचे फिफ्टीन बेटा पॉइंट हटा के टेन आप उपर ले थ्री फाइव जा फिफ्टीन फाइव टू टेन ਤਾਂ 2 2 ਕਿੰਨਾ ਆਜੂ ਆਪਣੇ ਕੋਲ 4 ਇਹਦਾ ਆਨਸਰ ਬੇਟਾ 4 ਆਉਣਾ ਸੀ ਇਹ 옵ਸ਼ਨਸ ਗਲਤ ਨੇ ਠੀਕ ਹੈ ਤੇਦਾ ਆਨਸਰ ਕਿੰਨਾ ਆਊਗਾ 4 ਇਹੀ ਬੇਟਾ ਜੇ ਇਹ 옵ਸ਼ਨ ਡਾਇਰੈਕਟ ਵਿੱਚ ਹੋਵੇ ਇਹ ਤਾਂ ਇਨਵਰਸਲ proportions ਸੀ ਡਾਇਰੈਕਟ ਨਾਲ ਤੁਹਾਡਾ ਆਨਸਰ ਸਹੀ ਆਜੂਗਾ ਜੇ ਇਹ ਡਾਇਰੈਕਟ ਚ ਹੋਵੇ ਮੀਨਸ ਸਿੱਧਾ ਅਨੁਪਾਤ ਹੋਵੇ ਠੀਕ ਹੈ ਉੱਚ ਦੇਖੋ ਕੀ ਫਾਰਮੂਲਾ ਹੁੰਦਾ x1 y1 x2 y2 ਆਪਣੇ ਕੋਲ ਇਹ ਫਾਰਮੂਲਾ ਹੁੰਦਾ ਜੀ ਇਹ ਚ ਵੈਲਿਊਸ ਪੁੱਟ ਕਰਕੇ ਦੇਖੋ 3/2 1.5/x ਹੁਣ ਕ੍ਰੋਸ ਮਲਟੀਪਲਾਈ ਕਰਾਂਗੇ ਜੀ 3x 2. 1.5 2 ਤਾਂ x ਦੀ ਵੈਲਿਊ ਆ ਗਈ ਬੇਟਾ 15 ਦਾ ਪੁਆਇੰਟ ਟੱਕ 10 niche la do 2 3 ਕੀ ਜਾਊਗਾ ਡਿਵਾਈਡ ਦੇ ਵਿੱਚ 3 5 15 5 2 10 2 ਨਾਲ 2 ਕੈਨਸਲ ਆਊਟ ਹੋ ਗਿਆ ਤਾਂ ਆਪਣੇ ਕੋਲ ਆਂਸਰ ਕਿੰਨਾ ਆ ਜਾਊਗਾ 1 ਠੀਕ ਹੈ ਜੀ ਜੇ ਡਾਇਰੈਕਟ ਤਾਂ ਇਹਦਾ ਆਨਸਰ ਕਿੰਨਾ ਆਊਗਾ ਫਿਰ 1 ਠੀਕ ਹੈ ਜੇ ਇਨਵਰਸ ਸੀਗਾ ਫਿਰ ਇਹਦਾ ਆਨਸਰ ਕਿੰਨਾ ਆਊਗਾ 4 ਇਹ ਡਾਇਰੈਕਟ ਦਾ ਆਨਸਰ ਹੈ ਕਲੀਅਰ ਜੀ ਨੈਕਸਟ ਹੈ ਬੇਟਾ ਹੱਲ ਸੋਲਵ ਕਰਨਾ ਆਪਾਂ ਇਹਨੂੰ ਦੇਖੋ ਡਿਵਾਈਡ ਦਾ ਸਾਈਨ ਆਪਣੇ ਕੋਲ ਹੈ ਪੀ ਸਕੁਅਰ ਕਯੂ ਪਲੱਸ ਪੀ ਕਯੂ ਦਾ ਸਕੁਅਰ ਡਿਵਾਈਡਿਡ ਬਾਈ ਪੀ ਕਯੂ ਹੁਣ ਦੇਖੋ ਦੋਨਾਂ ਵਿੱਚ ਕਾਮਨ ਕੀ ਨਿਕਲ ਰਹੇ ਆ ਸਮਾਲ ਵੈਲਿਊ ਇੱਕ ਤਾਂ ਪੀ ਹੈ ਬੇਟਾ ਇੱਕ ਕਯੂ ਕਾਮਨ ਆ ਦੋਨਾਂ ਵਿੱਚੋਂ ਇਹ ਤਾਂ ਪੀ ਕਾਮਨ ਕਰ ਲਿਆ ਪੀ ਸਕੁਅਰ ਆ ਨਾ ਤਾਂ ਸਿੰਗਲ ਪੀ ਰਹਿ ਗਿਆ ਕਿਉ ਸੀ ਉਹ ਸਿੰਗਲ ਆਪਾਂ ਨੇ ਬਾਹਰ ਕੱਢ ਲਿਆ ਸਾਈਨ ਉਹ ਰਹਿ ਗਿਆ ਪਲੱਸ ਦਾ ਪੀ ਬੇਟਾ ਬਾਹਰ ਨਿਕਲ ਗਿਆ ਕਿਉ ਸਕੁਅਰ ਆ ਇੱਕ ਕਿਉ ਬਾਹਰ ਨਿਕਲ ਗਿਆ ਤੇ ਅੰਦਰ ਰਹਿ ਗਿਆ نیچے ਕਿੰਨਾ ਆਪਣੇ ਕੋਲ ਪੀ ਕਿਉ ਇਹ ਕੈਨਸਲ ਆਊਟ ਤਾਂ ਆਪਣਾ ਆਨਸਰ ਕਿੰਨਾ ਆ ਗਿਆ ਪੀ ਪਲੱਸ ਕਿਉ ਇਟਸ ਆਪਸ਼ਨ ਏ ਕਲੀਅਰ ਜੀ ਨੈਕਸਟ ਬੇਟਾ ਆਪਾਂ ਦੇ ਗੋਣ ਖੰਡ ਬਣਾਉਣੇ ਨੇ ਫੈਕਟਰ ਬਣਾਉਣੇ ਨੇ ਕੁਐਸਚਨ 16 ਆ ਬੇਟਾ ਫੈਕਟਰ ਕਿਵੇਂ ਬਣਾਵਾਂਗੇ ਦੇਖੋ a ਦੀ 4 ਆ b ਦੀ 4 ਇਹਨੂੰ ਆਪਾਂ ਲਿਖ ਸਕਦੇ ਹਾਂ a² ਦਾ² b² ਦਾ² ਤਾਂ ਆਪਣੇ ਕੋਲ ਫਾਰਮੂਲਾ ਹੁੰਦਾ ਬੇਟਾ a² b² ਕੀ ਫਾਰਮੂਲਾ ਹੁੰਦਾ ਬੇਟਾ a b a b ਤੁਸੀਂ a b a b ਵੀ ਲਿਖ ਸਕਦੇ ਹੋ ਤਾਂ ਇਹ ਬੰਜ ਬੇਟਾ ਆਪਣੇ ਕੋਲ ਦੇਖੋ a² ਪਹਿਲੀ ਰਕਮ b² ਠੀਕ ਹੈ ए स्केर माइनस बी स्केयर क्योंकि बेटा ए सारी अपनी ए बन गई ए सारी अपनी बी बन गई इक्वल आ आजूगा ए स्केर प्लस बी स्केर ए स्केर प्लस प्लस बी स्केर अगर कोई फार्मूला नहीं हों फ ब्रेक कर सूगा देखो ए माइनस बी ए प्लस बीते नाल आ गया अपने को स्केयर प्लस बी स्केर देखो कि बनती है एप्शन डी क्लीअर जी इट्स आंसर डी ਨੈਕਸਟ ਹੈ ਬੇਟਾ ਆਪਣੇ ਕੋਲ ਦੱਸਣਾ ਆਇਡੈਂਟੀਟੀ ਕੰਪਲੀਟ ਕਰਨੀ ਆਪਾਂ ਹੋਨੇ ਕਰਕੇ ਹਟਿਆਂ ਜੀ a² b² ਕਿਹਦੇ ਬਰਾਬਰ ਹੁੰਦਾ ਬੇਟਾ ਆਪਣੇ ਕੋਲ a, b, ल, a b a b ਥਿਸ ਵਨ ਆਪਸ਼ਨ c ਅੱਗੇ ਦੇਖੋ 3x 9 ਦੇ ਕਿਹੜੇ ਗੁਨਨਖੰਡ ਨੇ which of the following is a factor ਠੀਕ ਹੈ ਦੇਖੋ 3x 9 ਆ 3x 9 ਦੋਨਾਂ ਚ ਕਾਮਨ ਕੀ ਆ ਰਿਹਾ 3 ਕਿਉਂਕਿ 3 ਦੇ ਟੇਬਲ ਦੇ ਦੋਨੋਂ ਆਉਂਦੇ ਨੇ 3 ਕਾਮਨ ਆ ਗਿਆ 3 1 3 थ्री थ्री ज नाइन ठीक है एक्स बेटा कॉमन इसका के अंदर हैगी तो अपने फैक्टर बन गए थ्री एक्स माइनस थ्री एक कही ऑप्शन बनू बेटा ऑप्शन डी क्लियर जी नेक्स्ट है बेटा अपने को माइनस एटीन एक्स वाई जैडर न माइनस थ्री एक्स वाई की करना भाग डिवाइड करना अपने यह हैगा माइनस एटीन एक्स वाई जेड द स्केयर divided by a 3xz माइनस ना माइनस कैंसिल आउट होगी 6 3 ਦਾ ਟੇਬਲ ਦੇ ਬਟਾ 6 ਦੇ ਕੱਟ ਗਿਆ ਇਹ ਠੀਕ ਹੈ 1x ਕੈਨਸਲ ਆਊਟ ਹੋ ਗਈ ਇੱਥੇ z ਸਕੁਅਰ ਆ ਇੱਥੇ ਕਿੰਨਾ ਕੱਲਣਾ z ਇੱਕ ਤੁਹਾਡੀ z ਕੈਨਸਲ ਆਊਟ ਹੋ ਗਈ ਠੀਕ ਹੈ ਤਾਂ ਬਾਕੀ ਕੀ ਬਚ ਗਿਆ 6 ਬਚ ਗਿਆ y ਬਚ ਗਿਆ ਇੱਕ ਇਹਨਾਂ ਵਿੱਚੋਂ ਇੱਕ z ਬਚ ਗਈ ਠੀਕ ਹੈ ਤੁਸੀਂ ਇਹਨੂੰ ਇਦਾਂ ਲਿਖ ਕੇ ਵੀ ਕਰ ਸਕਦੇ ਹੋ ਜਿਵੇਂ 18 इंटू एक्स इंटू वाई इंटू जेड इंटू जेड ठीक है तो माइनस सेगा माइनस थ्री एक्स इंटू जेड सिक्स थ्री द टेबल तो बेटा सिक्स से कट गया माइनस माइनस कैंसल आउट होगी एक्स कैंसल आउट हो गया जैड कैंसल आउट हो गया तो बचा की आ सिक्स वाई जेड तुम इदा भी सीख सकते हो तो कि ऑप्शन आ गई बेटा अपने कोशन ए क्लीयर जी नैक्सट है बेटा अपने कोल y z y z ਆਪਾਂ ਹੁਣੇ ਕਰਕੇ ਹਟੇ ਆ ਇਹ ਕਿਹੜਾ ਫਾਰਮੂਲਾ ਬਣ ਗਿਆ ਦੇਖੋ a b, b. a b ਕਿਹਦੇ ਬਰਾਬਰ ਹੁੰਦਾ a² b² ਦੀ ਮੀਨਸ y² z² ਇਟਸ ਆਪਸ਼ਨ c ਕਲੀਅਰ ਜੀ ਨੈਕਸਟ ਹੈ ਬੇਟਾ ਆਪਣੇ ਕੋਲ -7abc ਦੇ ਵਿੱਚ b ਦਾ ਗੁਨਾਕ ਦੱਸਣਾ ਕੋਫੀਸ਼ੀਐਂਟ ਆਫ b ਕਿਹਦੇ ਵਿੱਚ -7abc ਜਿਹਦਾ ਕੋਫੀਸ਼ੀਐਂਟ ਦੱਸਣਾ ਹੋਵੇ ਉਹ ਰਕਮ ਨੂੰ ਛੱਡ ਕੇ ਬਾਕੀ ਸਾਰਾ ਉਹਦਾ ਕੀ ਆ ਜੂਗਾ ਕੋਫੀਸ਼ੀਐਂਟ b ਦਾ ਕੋਫੀਸ਼ੀਐਂਟ ਦੱਸਣਾ b ਨੂੰ ਛੱਡ ਦਿਓ ਬਾਕੀ ਧਰਮ ਕੀ ਰਹੇਗੀ -7ac ਤਾਂ b ਦਾ ਕੀ ਆਗੇ ਬੇਟਾ ਜੀ ਕੋਫੀਸ਼ੀਐਂਟ ਇਟਸ ਆਪਸ਼ਨ b ਕਲੀਅਰ ਜੀ ਨੈਕਸਟ ਹੈ ਜੀ ਆਪਣੇ ਕੋਲ ਹੇਰ ਲਿਖਿਆ ਵਿੱਚ ਕਿਹੜਾ ਆਇਤਾ ਖੇਤਰਫਲ ਦੱਸਾਉਂਦਾ ਹੈ ਏਰੀਆ ਆਫ ਰੈਕਟੈਂਗਲ ਦੇਖ ਬੇਟਾ ਏਰੀਆ ਆਫ ਰੈਕਟੈਂਗਲ ਦਾ ਫਾਰਮੂਲਾ ਕੀ ਹੁੰਦਾ ਲੈਂਥ ਇੰਟੂ ਬ੍ਰੈਥ ਲੈਂਥ ਕਿੰਨੀ ਹੈ ਦੇਖੋ ਆਪਣੇ ਕੋਲ 5x ਬ੍ਰਾਡਥ ਕਿੰਨੀ ਆਪਣੇ ਕੋਲ 2x 5 2 10 x ਨੂੰ ਬੇਟਾ x ਨਾਲ ਮਲਟੀਪਲਾਈ ਕਰੋਗੇ x x ਤਾਂ ਪਾਵਰਸ ਐਡ ਹੋ ਜਾਂਦੀਆਂ ਨੇ ਕਿੰਨਾ ਆ ਗਿਆ ਆਪਣੇ ਕੋਲ x ਦਾ ਸਕੁਅਰ ਤਾਂ ਕਿਹੜੀ ਆਪਸ਼ਨ ਆਉਗੀ ਬੇਟਾ ਜੀ ਸੀ ਆਪਸ਼ਨ ਠੀਕ ਹੈ 10x ਦਾ ਸਕੁਅਰ ਨੈਕਸਟ ਹੈ ਜੀ ਆਪਣੇ ਕੋਲ ਕੰਪਿਊਟਰ ਲੈਬ ਦੇ ਵਿੱਚ ਹਰ 8 ਵਿਦਿਆਰਥੀ ਲਈ 5 ਕੰਪਿਊਟਰ ਨੇ ਤਾਂ 40 ਵਿਦਿਆਰਥੀਆਂ ਲਈ ਕਿੰਨੇ ਕੰਪਿਊਟਰ ਨੇ ਉਹ ਆਪਾਂ ਨੇ ਫਾਈਂਡ ਆਊਟ ਕਰਨੇ ਨੇ ਦੇਖ ਬੇਟਾ ਇਹਨੂੰ ਆਪਾਂ 13 ਚੈਪਟਰ ਦੇ ਅਕੋਰਡਿੰਗ ਕਰਾਂਗੇ ਕੰਪਿਊਟਰ ਇੱਥੇ ਮੈਂ ਸ਼ਾਰਟਸ ਲਿਖ ਰਹੀ ਆ ਕੰਪਿਊਟਰ ਠੀਕ ਹੈ ਨੀਚੇ ਲਿਖਦੇ ਆਪਾਂ ਨੰਬਰ ਆਫ ਸਟੂਡੈਂਟਸ ਵਿਦਿਆਰਥੀ ਜਦੋਂ 8 ਵਿਦਿਆਰਥੀ ਨੇ ਉਹਨਾਂ ਲਈ ਕਿੰਨੇ ਕੰਪਿਊਟਰ ਨੇ ਆਪਣੇ ਕੋਲ ਪੰਜ ਜਦੋਂ ਵਿਦਿਆਰਥੀ ਬੇਟਾ 40 ਹੋਗੇ ਤਾਂ ਦੱਸਣਾ ਕਿੰਨੇ ਕੰਪਿਊਟਰ ਦੀ ਲੋੜ ਪਊਗੀ ਆਪਾਂ ਐਕਸ ਮੰਨ ਲਾਂਗੇ ਤੁਸੀਂ ਇਹ ਦੇਖੋ ਜੇ ਸਟੂਡੈਂਟ ਵਧਣਗੇ ਤਾਂ ਵੱਧ ਕੰਪਿਊਟਰ ਦੀ ਲੋੜ ਪਊਗੀ ਤਾਂ ਕਿਹੜਾ ਪ੍ਰੋਪੋਰਸ਼ਨਸ ਬਣ ਗਿਆ ਇਹ ਡਾਇਰੈਕਟ ਸਿੱਧਾ ਠੀਕ ਹੈ ਇਹਦਾ ਫਾਰਮੂਲਾ ਕੀ ਸੀ ਬੇਟਾ ਆਪਣੇ ਕੋਲ x1 y1 x2 y2 ਮੀਨਸ 5 8 x 40 ਇਹਨੂੰ ਕ੍ਰੋਸ ਮਲਟੀਪਲਾਈ ਕਰੋ ਬੇਟਾ 8x 5 40 ਤੇ ਬੇਟਾ x ਦੀ ਵੈਲਿਊ ਕਿੰਨੀ ਆ ਗਈ 5 40 8 8 5 40 ਤੇ 5 5 ਕਿੰਨਾ ਬਣ ਗਿਆ ਆਪਣੇ ਕੋਲ 25 ਤੇ ਕਿੰਨੇ ਕੰਪਿਊਟਰ ਦੀ ਲੋੜ ਪੂ ਬੇਟਾ ਜੀ ਆਪਾਂ ਨੂੰ 25 ਕੰਪਿਊਟਰ ਦੀ ਕਲੀਅਰ ਜੀ ਤੇ ਆਪਣਾ ਆਨਸਰ ਆ ਗੋ অপਸ਼ਨ A ਨੈਕਸਟ ਕੁਐਸਚਨ ਜੀ ਬੇਟਾ ਆਪਣੇ ਕੋਲ ਬੋਤਲਾਂ ਦੇ ਇੱਕ ਬੈਚ ਨੂੰ 25 ਬਕਸਿਆਂ ਦੇ ਵਿੱਚ ਰੱਖਿਆ ਜਾਂਦਾ ਹੈ ਇਹ ਬੈਚ ਆਫ bottles packs in 25 boxes with 12 box bottles in each box theek hai if the same batch is packed using 20 bottles in each box how many boxes will be filled je har ek box se vich 12 bottlan je is vakt is batch vich matlab bottlan nu iss tarah rakha jaave ke har ek box se vich 20 bottlan hon ta kinne box se pure jaan ge ਦੇਖੋ ਬੇਟਾ ਜਦੋਂ ਆਪਾਂ ਇੱਕ ਬਾਕਸ ਦੇ ਵਿੱਚ 12 ਬੋਤਲਾਂ ਰੱਖਦੇ ਸੀਗੇ ਤਾਂ 25 ਬਾਕਸ ਲੱਗੇ ਨੇ ਹੁਣ ਇੱਕ ਬਾਕਸ ਦੇ ਵਿੱਚ ਆਪਾਂ ਨੇ 20 ਬੋਤਲਾਂ ਰੱਖਣੀਆਂ ਨੇ ਦੱਸਣਾ ਵੀ ਕਿੰਨੇ ਬਾਕਸ ਨੇ ਉਹ ਭਰੇ ਜਾਣਗੇ ਠੀਕ ਹੈ ਜੀ ਆ ਦੇਖੋ 13 ਚੈਪਟਰ ਨੂੰ ਦਾ ਕੁਸ਼ਣ ਹੈ ਬੇਟਾ ਇੱਥੇ ਲਿਖਦੇ ਆ ਬਾਕਸ ਠੀਕ ਹੈ نیچے ਲਿਖਦੇ ਆ ਆਪਾਂ ਬੋਟਲਸ ਬੋਤਲਾਂ ਜਦੋਂ ਆਪਣੇ ਕੋਲ 25 ਬਾਕਸ ਸੀਗੇ ਤਾਂ ਇੱਕ ਬਾਕਸ ਚ ਕਿੰਨੀਆਂ ਬੋਤਲਾਂ ਸੀਗੀਆਂ 12 ਹੁਣ ਆਪਾਂ ਨੇ ਬਾਕਸ ਫਾਈਂਡ ਆਊਟ ਕਰਨੇ ਨੇ ਤੇ ਇੱਕ ਬਾਕਸ 'ਚ ਕਿੰਨੀਆਂ ਬੋਤਲਾਂ ਨੇ ਜੀ 20 ਤੁਸੀਂ ਆਪ ਸੋਚੋ ਪਹਿਲਾਂ ਆਪਾਂ ਨੇ ਇੱਕ ਬਾਕਸ 'ਚ 12 ਬੋਤਲਾਂ ਪਾਈਆਂ ਤਾਂ 20 ਬਾਕਸ ਲੱਗੇ ਹੁਣ ਉਸ ਬਾਕਸ ਇੱਕ ਮਤਲਬ ਕਿ ਬਾਕਸ ਦੇ ਵਿੱਚ ਆਪਣੇ 20 ਬੋਤਲਾਂ ਪਾਤੀਆਂ ਤਾਂ ਬਾਕਸ ਘੱਟ ਲੱਗਣਗੇ ਕਿ ਵੱਧ ਲੱਗਣਗੇ ਜੇ ਇੱਕ 'ਚ ਵੱਧ ਪਾਤੀਆਂ ਤਾਂ ਬਾਕਸ ਘਟ ਗਏ ਠੀਕ ਹੈ ਇੱਕ ਚੀਜ਼ ਵੱਧ ਗਈ ਦੂਜੀ ਘੱਟ ਗਈ ਤਾਂ ਬੇਟਾ ਕਿਹੜਾ ਪ੍ਰੋਪੋਰਸ਼ਨ ਹੋ ਗਿਆ ਇਹ ਇਨਵਰਸ ਉਲਟਾ ਨੁਪਾਤ ਬਣ ਗਿਆ ਠੀਕ ਹੈ ਇਹਦਾ ਫਾਰਮੂਲਾ ਕੀ ਸੀ x1 y1 x2 y2 ਮੀਨਸ 25 12 x 20 ਤੇ x ਦੀ ਵੈਲਿਊ ਕਿੰਨੀ ਆਊਗੀ 25 12 by 20 ਇਹਦੀ ਕੈਲਕੂਲੇਸ਼ਨ ਤੁਸੀਂ ਖੁਦ ਕਰਿਓ ਤੇ ਇਹਦਾ ਆਨਸਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਦੇਖਾਂ ਕਿੰਨੇ ਬੱਚੇ ਇਸ ਕੁਐਸਚਨ ਨੂੰ ਸੋਲਵ ਕਰਦੇ ਨੇ ਠੀਕ ਹੈ ਜੀ ਨੈਕਸਟ ਕੁਐਸਚਨ ਹੈ ਬੇਟਾ ਆਪਣੇ ਕੋਲ ਇੱਕ ਕਾਰ ਇੱਕ ਸਥਾਨ ਤੱਕ ਪਹੁੰਚਣ ਵਿੱਚ 60 ਕਿਲੋਮੀਟਰ ਪ੍ਰਤੀ ਘੰਟੇ ਦੀ ਚਾਲ ਵਿੱਚ ਚੱਲ ਕੇ 2 ਘੰਟੇ ਸਮਾਂ ਲੈਂਦੀ ਹੈ 80 ਕਿਲੋਮੀਟਰ ਪ੍ਰਤੀ ਘੰਟਾ ਦੀ ਚਾਲ ਨਾਲ ਉਸ ਕਾਰ ਨੂੰ ਕਿੰਨਾ ਸਮਾਂ ਲੱਗੇਗਾ ਠੀਕ ਹੈ ਦੇਖ ਬੇਟਾ ਇੱਕ ਕਾਰ ਟੇਕਸ 2 ਹੋਅਰਸ ਟੂ ਰੀਚ ਅ ਡੈਸਟੀਨੇਸ਼ਨ ਬਾਏ ਟਰੈਵਲਿੰਗ ਅ ਸਪੀਡ ਆਫ 60 ਕਿਲੋਮੀਟਰ ਪਰ ਹੌਰ ਨਾਲ ਦੀ ਨਾਲ ਬੇਟਾ ਬਣਾਉਨੇ ਆਪਾਂ ਇੱਥੇ ਕਲਿੱਕ ਦਿਆਂ ਸਪੀਡ ਇੱਥੇ ਕਲਿੱਕ ਦਾ ਟਾਈਮ ਟੇਕਨ ਸਪੀਡ ਹੈਗੀ ਹੈ ਕਿਲੋਮੀਟਰ ਪਰ ਹੌਰ ਦੇ ਵਿੱਚ ਟਾਈਮ ਹੈਗਾ ਆਪਣੇ ਕੋਲ ਹੌਰਸ ਘੰਟਿਆਂ ਦੇ ਵਿੱਚ ਜਦੋਂ ਸਪੀਡ ਸੀਗੀ 60 ਕਿਲੋਮੀਟਰ ਪ੍ਰਤੀ ਘੰਟਾ ਤਾਂ ਸਮਾਂ ਕਿੰਨਾ ਲੱਗਿਆ 2 ਹੌਰਸ ਠੀਕ ਹੈ ਜਦੋਂ ਬੇਟਾ ਸਪੀਡ ਸੀਗੀ ਆਪਣੇ ਕੋਲ 80 ਹੋਗੀ ਤਾਂ ਕਿੰਨਾ ਸਮਾਂ ਲੱਗੂ ਆਪਾਂ x ਮੰਨ ਲਾਂਗੇ ਦੇਖ ਬੇਟਾ ਸਪੀਡ ਵੱਧ ਗਈ ਹੁਣ ਤਾਂ ਸਮਾਂ ਘਟ ਜਾਊਗਾ ਤਾਂ ਕਿਹੜਾ ਪ੍ਰੋਪੋਰਸ਼ਨ ਹੋਗੇ ਬੇਟਾ ਇਹ ਇਨਵਰਸ ਮੀਨਸ ਉਲਟਨ ਬਾਤ ਹੋ ਗਿਆ ਇਹਦਾ ਫਾਰਮ ਲਗਾਓ x1 y1 x2 y2 ਤੇ ਬੇਟਾ x ਦੀ ਵੈਲਿਊ ਆ ਗਈ 60 2 80 ਇਹ ਕੈਨਸਲ ਆਊਟ ਹੋ ਗਿਆ 2 ਦੇ ਟੇਬਲ ਤੇ ਕੱਟ ਗਿਆ ਇਹ ਵੀ 2 ਤੇ ਕੱਟ ਜੀ ਬੇਟਾ ਜੀ ਤਾਂ ਕਿੰਨੇ ਘੰਟੇ ਹੋਗੇ 3 2 ਹਾਅਰਸ ਜਿਹਨੂੰ ਆਪਾਂ ਲਿਖ ਸਕਦੇ ਆ 1 ਸਹੀ 1 2 ਹਾਅਰਸ ਇਹ ਕਿਹੜੀ ਆਪਸ਼ਨ ਆ ਗਈ ਬੇਟਾ ਜੀ ਆਪਸ਼ਨ b ਕਲੀਅਰ ਜੀ ਨੈਕਸਟ ਹੈ ਬੇਟਾ ਆਪਣੇ ਕੋਲ ਇੱਕ ਮੋਟਰਸਾਈਕਲ 5 ਲੀਟਰ ਤੇਲ ਵਿੱਚ 220 ਕਿਲੋਮੀਟਰ ਦੂਰੀ ਤੈਅ ਕਰਦਾ ਤਾਂ 1.5 ਲੀਟਰ ਪੈਟਰੋਲ ਵਿੱਚੋਂ ਕਿੰਨੇ ਕਿਲੋਮੀਟਰ ਦੂਰੀ ਤੈਅ ਕਰੇਗਾ ਠੀਕ ਹੈ ਇਹ ਵੀ ਬਾਕਸ ਬਣਾ ਕੇ ਤੁਹਾਨੂੰ ਸਮਝਾਉਣੀ ਆ ਜੀ ਇੱਥੇ ਦੇਖੋ ਆਪਣੇ ਕੋਲ ਪਹਿਲਾਂ ਹੈਗਾ ਕਿੰਨਾ ਕਿਲੋਮੀਟਰ ਦੂਰੀ ਤੈਅ ਕਰੇਗਾ ਇੱਥੇ ਆਪਾਂ ਡਿਸਟੈਂਸ ਲਿਖ ਲੈਣੇ ਆ ਠੀਕ ਹੈ ਦੂਰੀ ਨੀਚੇ ਲਿਖ ਦੇਣਾ ਤੇਲ ਠੀਕ ਹੈ ਪੈਟਰੋਲ ਮੈਂ ਸ਼ੋਰਚ ਪਾਲੇ ਅਪਲੋਡ ਜਿਨਾ ਵਰਤਿਆ ਗਿਆ ਹੈ ਬੇਟਾ ਜਦੋਂ 5 ਲੀਟਰ પેટ્રોલ ਆ ਤਾਂ ਕਿੰਨਾ ਕਿਲੋਮੀਟਰ ਤਿਆ ਕਰਦਾ 220 ਕਿਲੋਮੀਟਰ ਜੇ 1.5 ਲੀਟਰ ਆ ਤਾਂ ਕਿੰਨੇ ਡਿਸਟੈਂਸ ਤਿਆ ਕਰੂਗਾ ਆਪਾਂ x ਮੰਨ ਲਨੇ ਆ ਹੁਣ પેટ્રોલ ਘਟ ਗਿਆ ਤੇ ਡਿਸਟੈਂਸ ਵੀ ਘਟ ਤਿਆ ਕਰੂਗਾ ਦੋਨੋਂ ਚੀਜ਼ਾਂ ਘਟ ਗਈਆਂ ਮੀਨਸ ਕਿਹੜਾ ਪ੍ਰੋਪੋਰਸ਼ਨ ਹੋ ਗਿਆ ਡਾਇਰੈਕਟ ਸਿੱਧਾ ਤਾਂ ਕੀ ਫਾਰਮੂਲਾ ਆਉਂਦਾ ਬੇਟਾ ਆਪਣੇ ਕੋਲ x1 y1 x2 y2 ਇਹਨੂੰ ਕਰਾਸ ਮਲਟੀਪਲਾਈ ਕਰੋ 5 x 220 1.5 ਤੇ ਬੇਟਾ x ਦੀ ਵੈਲਿਊ ਆ ਗਈ 220 1.5 ਪੁਆਇੰਟ ਹਟਾ ਕੇ ਬੇਟਾ 10 نیچے ਲਗਾ ਦਨੇ ਆ ਤੇ 5 ਹੀ ਕੀ ਆਊਗਾ نیچے ਡਿਨੋਮੀਨੇਟਰ ਚ ਠੀਕ ਹੈ ਜ਼ੀਰੋ ਨਾਲ ਜ਼ੀਰੋ ਕੱਟ ਗਈ ਬੇਟਾ 5 3 15 22 ਨੂੰ 3 ਨਾਲ ਮਲਟੀਪਲਾਈ ਕਰੋਗੇ ਜੀ ਕਿੰਨਾ ਆ ਗਿਆ 66 ਕਿਲੋਮੀਟਰ ਤਾਂ ਕਿਹੜੀ ਆਪਸ਼ਨ ਆ ਗਈ ਬੇਟਾ ਸੀ ਆਪਸ਼ਨ ਕਲੀਅਰ ਜੀ ਇਟਸ ਆਨਸਰ ਸੀ ਨੈਕਸਟ ਹੈ ਬੇਟਾ ਆਪਣੇ ਕੋਲ ਅੱਧੇ ਮੀਟਰ ਕੱਪੜ ਦਾ ਮੁੱਲ 30 ਰੁਪਏ ਆ ਠੀਕ ਹੈ ਹਾ ਮੀਟਰ ਕਲੋਥ ਕੋਸਟ 30 2 ਸਹੀ 3/5 ਮੀਟਰ ਕੱਪੜ ਦਾ ਮੁੱਲ ਆਪਾਂ ਨੇ ਫਾਈਂਡ ਆਊਟ ਕਰਨਾ ਆ ਦੇਖ ਬੇਟਾ ਇਹ ਵੀ ਈਜ਼ੀ ਆ ਕੁਐਸਚਨ ਤੁਹਾਡਾ ਮੈਂ ਸ਼ਾਰਟ ਚ ਲਿਖਦੀ ਆ ਪਹਿਲਾਂ ਇੱਥੇ ਲਿਖਦੇ ਆਪਾਂ ਜਿੰਨਾ ਕੱਪੜਾ ਵਰਤਿਆ ਗਿਆ ਹੈ ਕਲੋਥ ਮੀਟਰ ਚ ਆ ਗਿਆ ਮੈਂ ਸ਼ਾਰਟ ਚ ਲਿਖਿਆ ਕਪੜੇ ਦੀ ਲੰਬਾਈ ਆ ਗਈ ਠੀਕ ਹੈ ਲੈਂਥ ਆਫ Cloth ਤੇ ਨੀਚੇ ਕਿੰਨਾ ਆਪਣੇ ਕੋਲ ਕੋਸਟ ਉਹਦਾ ਖਰਚਾ ਠੀਕ ਹੈ ਮੁੱਲ ਜਦੋਂ ਆਪਣੇ ਕੋਲ ਅੱਧਾ ਮੀਟਰ ਮੀਨਸ 1/2 ਮੀਟਰ ਆ ਤਾਂ ਕੋਸਟ ਕਿੰਨੀ ਆ 30 2 ਸਹੀ 3/5 ਨੂੰ ਕਿੰਨਾ ਬਣ ਗਿਆ 2 5 10 10 3 13 ਮੀਨਸ 13/5 ਮੀਟਰਕਰ ਦੀ ਕੀਮਤ ਆਪਾਂ ਨੇ ਫਾਈਂਡ ਆਊਟ ਕਰਨੀ ਆ ਉਹਨੂੰ ਆਪਾਂ x ਮੰਨ ਲਾਂਗੇ ਹੁਣ ਕੱਪੜੇ ਦੀ ਲੰਬਾਈ ਵਧ ਗਈ ਠੀਕ ਹੈ तो बेटा खर्चा भी वध गई तो कि प्रपोर्शन हो गया है डायरैक्ट सीधा तो सीधे का फॉर्म लगावे एक्स वन ओवर वाई वन इज इक्वल टू एक्स टू ओवर वाई टू तुम लिखा है कि मैं वन बाय टू थर्टी बेटा टू ना आएगा वन बाय टू इन थर्टी इज इक्वल टू थर्टीन बाय फाइव इन एक्स ठीक है तो बेटा क्रॉस मल्टीप्लाई कर लो अपने को फाइव एक्स तो की वैल्यू आ जाएगी थर्टीन इंटू टू इन थर्टी सिक्सटी तो बेटा एक्स की वैल्यू कि आ गई थर्टीन इंटू सिक्सटी बाय फाइव ये कैंसल आउट हो गया बेटा ट्वेल्व थर्टीन इंटू ट्वेल्व कि आ गया अपने को वन हंड्रेड फिफ्टी सिक्स रुपीस तो ऑप्शन आ गई बेटा जी सी क्लीयर जी दिस वन ਨੈਕਸਟ ਬੇਟਾ x ਤੇ y ਦੋਨੇ ਸਿੱਧੇਨ ਪਾਚ ਨੇ ਡਾਇਰੈਕਟਿਵ ਪੋਰਸ਼ਨਸ ਨੇ ਮੀਨਸ x ਡਾਇਰੈਕਟਿਵ ਪੋਰਸ਼ਨ ਲਾ ਟੂ y ਦੇ ਤਾਂ 1/x ਤੇ 1/y ਵੀ ਕੀ ਹੋਣਗੇ ਦੇਖ ਬੇਟਾ ਜੇ x ਆ ਉਹ ਡਾਇਰੈਕਟਿਵ ਪੋਰਸ਼ਨ 1/y ਆ ਤਾਂ 1/x ਵੀ ਡਾਇਰੈਕਟਿਵ ਪੋਰਸ਼ਨ ਹੋਊਗਾ 1/y ਤੇ ਠੀਕ ਹੈ ਜੀ ਤਾਂ ਦੋਨੋਂ ਕੀ ਹੋਣਗੇ ਡਾਇਰੈਕਟਿਵ ਪੋਰਸ਼ਨ ਚ ਇਹ ਕਿਹੜਾ ਆਨਸਰ ਆਊਗਾ ਬੇਟਾ অপਸ਼ਨ A ਕਲੀਅਰ ਜੀ ਦਿਸ ਵਨ ਥੈਂਕਸ ਬੇਟਾ ਫॉर ਵਾਚਿੰਗ ਦਿਸ ਵੀਡੀਓ ਅੱਛੀ ਲੱਗੀ ਲਾਈਕ ਸ਼ੂਟ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕਸ ਬੇਟਾ ਜੀ